लीड़े भी पार जाते लप्पड़ भी मार जाते क्योंकि लप्पड़ा की लैक ही है हूँ इन्होंने सूँ एक गल दसदा भी बंदर किला चलिया करूँ हरेक थे छित्र पिया कर इन्हों मूँह नहीं क्ढन देवे जिथे जाएंगे मगर जावे असं मरे पे हैं सानू सड़क से कड़ लिया सड़क फसलों का की हाल है। मेरा नाम मोटू सिंह गोल्ड आ भारतीय किसान यूनियन एकता गुराहां दे जिला सीनियर मीत प्रधान अज इत्थे सानू यह पता लग्या भी इत्थे बीजेपी वाले यह मंग पत्र दे रहे एस एस पी नूं क्योंकि कहिंदे राजपुरे दे विच कल साडे नाल कहिंदे बेइज्जती करी है साडी इन्हां ने लोकां ने कांग्रेस ने अकालियां ने उपमे किसानां दा नां नहीं लैंदे उत्थे कहिंदे साडे झुग्गे पाड़े साडे थप्पड़ मारे इस करके वह अज मंग पत्र देण आए आ जे इन्हां नूं कहिंदे भी सानू अधिकार हैगा प्रैस कॉन्फ्रेंस करन दा सानू अधिकार है मंग पत्र देण दा रैली करन दा असीं कहिंदे सानू अधिकार है फिर मंग करन दा भी साडे ते आ जिहड़े काले कानून थोपे आ इहनूं वापस क्यों नहीं लैंदे जे सानू इह अधिकार है सानू दिल्ली जाण दा भी अधिकार है उत्थे क्यों रुकी बैठे सानू वटरां ते इस करके जिथे भी आउंदे ने इन्हां दा बाइकाट जां इन्हां दा मुर्दाबाद बोलना ही बोलना अज अंदर बड़े वेणगे एस एस पी साहब नूं कहिंदे मंग पत्र देण गए वे हैगे 20-25 जणे जदों भी चारे गेटां दे साडे बंदे खड़ाए वे ने जिधरों भी निकलणगे इन्हां दा मुर्दाबाद बुलावांगे क्योंकि शांत मूर असीं जिहड़ा रखदे आ रजाना ही ते ऊं विच कुछ बंदे भाई साडे उह भी हुंदे आ जिहड़े भाई लीड़े भी पार जांदे लप्पड़ भी मार जांदे क्योंकि लप्पड़ां दी लैक ही है हुण इन्हां नाल सानूं इक गल दसदा वी बांदर किला चलिया करूँ पुराणी खेड है ये अगे फिड्डे कट्ठे कर लैंदे ते बंदा घुकदा जिहड़ा उह फिड्डे चके जांदा जो एक दो फिड्डे ते भज लैंदा फिर उहदे फिड्डे पैंदे वो इन्हां नूं हुण बांदर किला चलना हैगा इन्हां दिनां दे विच ये बांदर किले दी नवीं खेड असीं लियाती हरेक थां दे छित्र पिया करनगे इन्हां ते इदू गांह कबड्डी हुंदी है इह कबड्डी दे विच इह मैच जित जांदे ने ਭਾਵੇਂ ਉਹਦੇ ਏਜ ਐਮਜ ਦੇ ਵਿੱਚ ਆਇਆ ਅਤੇ ਕੰਧ ਟਪਾ ਕੇ ਟਪਾਤਾ ਕਿਉਂਕਿ ਉਹਨੂੰ ਕੁਆਡੀ ਕਹਿੰਦੇ ਜਿਹੜਾ ਭੱਜ ਜਾਂਦਾ ਜਿਹੜੇ ਦੇ ਛਿੱਤਰ ਪੈਂਦੇ ਹੁਣ ਉਹਨੂੰ ਬਾਂਦਰ ਕਿਲਾ ਕਹਿੰਦੇ ਆ ਉਹ ਬਾਂਦਰ ਕਿਲਾ ਖੇਡਣਾ ਇਹਨਾਂ ਨਾਲ ਅਤੇ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਪੰਜਾਬ ਦੇ ਵਿੱਚੋਂ ਅਸੀਂ ਇਹਨਾਂ ਨੂੰ ਮੂੰਹ ਨਹੀਂ ਕੱਢਣ ਦੇਵਾਂਗੇ ਜਿੱਥੇ ਜਾਣਗੇ ਮਗਰ ਜਾਵਾਂਗੇ ਅਸੀਂ ਮਰੇ ਪਏ ਹਾਂ ਸਾਨੂੰ ਸੜਕਾਂ 'ਤੇ ਕੱਢ ਲਿਆ ਸੜ ਗਿਆ ਫਸਲਾਂ ਦਾ ਕੀ ਹਾਲ ਹੈ ਜੇ ਉਹ ਕਾਲੇ ਕਾਨੂੰਨ ਵਾਪਸ ਹੋ ਜਾਣ ਅਸੀਂ ਘਰੋਂ ਘਰੀ ਆ ਜੀ ਤੁਸੀਂ ਕੀ ਐਸ ਐਸ ਪੀ ਆਫਿਸ ਦਾ ਘਿਰਾਓ ਕੀਤਾ ਹੁਣ ਦੱਸੋ ਐਸ ਐਸ ਪੀ ਅਸੀਂ ਤਾਂ ਐਸ ਐਸ ਪੀ ਦਾ ਨਹੀਂ ਕਰਾਓ ਅਸੀਂ ਤਾਂ ਬਾਹਰ ਕੇ ਡੀਕੀ ਜਾਂਦੇ ਹਾਂ ਕੁੰਡੇ ਤਾਂ ਨੇ ਆਪ ਲਾ ਲਏ ਅਸੀਂ ਤਾਂ ਡੀਕ ਰਹੇ ਹਾਂ ਵੀ ਬਾਹਰ ਆਉਣਗੇ ਚਾਰ ਸਪੇਰੇ ਡੀਕ ਰਹੇ ਹਾਂ ਅਸੀਂ ਨਹੀਂ ਇਹਨਾਂ ਦੇ ਬੰਦਿਆਂ ਨੇ ਜਿਹੜੀ ਪੁਲਿਸ ਹੈਗੇ ਪੁਲਿਸ ਅਧਿਕਾਰੀ ਆ ਉਹਨਾਂ ਨੇ ਕੁੰਡਾ ਲਾ ਲਿਆ ਅਸੀਂ ਅੰਦਰ ਨਹੀਂ ਵੜਨਾ ਅੱਜ ਤਾਂ ਸੜਕ 'ਤੇ ਖੜ ਕੇ ਲੋਕਾਂ 'ਚ ਇਹਨਾਂ ਦੀ ਪੱਟੀ ਮੇਸ ਕਰਨੀ ਹੈ ਨਾ ਕਿ ਅਸੀਂ ਜਾ ਕੇ ਐਸ ਐਸ ਪੀ ਦਫ਼ਤਰ 'ਚ ਕੋਈ ਰੌਲਾ ਪਾਉਣਾ ਉੱਥੇ ਪੱਟੀ ਮੇਸ ਬਾਹਰ ਆਉਂਦੇ ਕਾਲੇ ਚੜੇ ਲੈ ਕੇ ਮੁਰਦਾਬਾਦ ਕਰਦੇ ਛੱਡ ਕੇ ਆਵਾਂਗੇ ਇਹਨਾਂ ਨੂੰ ਇੱਜ਼ਤ ਮਾਨ ਨਾਲ ਜਿਵੇਂ ਅੱਗੇ ਛੱਡ ਕੇ ਆਉਂਦੇ ਹੈਗੇ ਉਹ ਇੱਜ਼ਤ ਮਾਨ ਇਹਨਾਂ ਦਾ ਕਰਾਂਗੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਵੱਲੋਂ ਸਾਡੇ ਬਠਿੰਡੇ ਦੇ ਮਾਨਯੋਗ ਐਸ ਐਸ ਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਜਿਸ ਤਰ੍ਹਾਂ ਜੇ ਪੰਜਾਬ ਦੇ ਵਿੱਚ ਜ਼ਮੀਨ ਵਿਵਸਥਾ ਜਿਹੜੀ ਵਿਗੜੀ ਹੋਈ ਹੈ ਲੈਂਡ ਲਾਰਡ ਨੂੰ ਬਿਲਕੁਲ ਜਿਹੜਾ ਹੈ ਉਹ ਆਊਟ ਆਫ ਕੰਟਰੋਲ ਹੈ ਔਰ ਰਾਜਪੁਰੇ ਦੇ ਜਿਸ ਤਰ੍ਹਾਂ ਸਾਡੇ ਭੁਪੇਸ਼ ਅਗਰਵਾਲ ਜੀ ਜਿਹੜੇ ਉਹਨਾਂ 'ਤੇ ਹਮਲਾ ਕੀਤਾ ਹੈ ਉਹਨਾਂ ਵਿਅਕਤੀਆਂ ਦੀ ਪਹਿਚਾਣ ਕਰਕੇ ਚਾਹੇ ਉਹ ਕਿਸੇ ਵੀ ਸੰਗਠਨ ਨਾਲ ਸੰਬੰਧਿਤ ਹੋਣ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਬੜੀ ਮੰਦਭਾਗੀ ਘਟਨਾ ਜੇ ਕੋਈ ਆਪਣੇ ਘਰ ਦੇ ਵਿੱਚ ਕੋਈ ਮੀਟਿੰਗ ਕਰਦਾ ਤਾਂ ਇੱਕ ਲੋਕਤੰਤਰ ਹੈ ਪ੍ਰਜਾਤੰਤਰ ਹੈ ਕਿ ਉਸ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਜੇ ਉਹਨਾਂ ਬੰਦੇ 'ਤੇ ਹਮਲਾ ਕਰਨਾ ਬਹੁਤ ਹੀ ਘਟਨਾ ਮਾੜੀ ਘਟਨਾ ਨਿੰਦਣਯੋਗ ਘਟਨਾ ਅਸੀਂ ਜ਼ਿਲ੍ਹੇ ਵੱਲੋਂ ਉਸ ਯੋਗ ਨਿੰਦਾ ਕਰਦੇ ਹਾਂ ਔਰ ਮਾਣਯੋਗ ਐਸ ਐਸ ਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਕਿ ਇਹ ਸਾਡਾ ਮੰਗ ਪੱਤਰ ਗਵਰਨਰ ਸਾਹਿਬ ਤੱਕ ਪਹੁੰਚਾ ਕੇ ਸਾਡੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਸਾਨੂੰ ਸਾਡੇ ਪਾਰਟੀ ਦੇ ਅਧਿਕਾਰਾਂ ਦੀ ਸਾਡੇ ਪਾਰਟੀ ਦੇ ਕੰਮ ਕਰਨ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਜੇ ਕੋਈ ਵਾਇਲੇਸ਼ਨ ਕੀਤੀ ਹੈ ਤਾਂ ਸਾਡੇ ਵਿਰੁੱਧ ਕਾਰਵਾਈ ਸਾਡੇ ਜੀ ਕੌਣ ਬੰਦੇ ਸੀ ਜਿਹੜੇ ਦੱਸਿਆ ਜਿਹੜੇ ਮੁੱਖਮੰਤਰੀ ਮੁੱਖ ਜੀ ਉਹਨਾਂ ਨੇ ਤਾਂ ਇਹੀ ਕਿਹਾ ਵੀ ਕਿਸਾਨਾਂ ਨੇ ਤਾਂ ਜ਼ਿੰਮੇਵਾਰੀ ਲਈ ਅਸੀਂ ਹਮਲਾ ਕੀਤਾ ਔਰ ਰਾਤ ਨੂੰ ਉਹਨਾਂ ਨੇ ਬਿਜਲੀ ਨਹੀਂ ਦਿੱਤੀ ਦੇਖੋ ਪ੍ਰੋਟੈਸਟ ਦਾ ਕੋਈ ਸੀਮਾ ਹੁੰਦੀ ਹੈ ਪ੍ਰੋਟੈਸਟ ਅਸੀਂ ਨਹੀਂ ਕਰਦੇ ਪੀਸਫੁਲ ਕਰਦੇ ਅਸੀਂ ਬੈਠ ਕੇ ਆਪਣੀ ਗੱਲ ਰੱਖਦੇ ਹਾਂ ਔਰ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਹੈ ਇਹ ਆਮ ਲੋਕਾਂ ਦੇ ਲਈ ਵੀ ਆਉਣ ਵਾਲਾ ਮਾੜਾ ਸਮਾਂ ਹੈ ਕਿਉਂਕਿ ਜੋ ਲੋਕ ਇਸ ਤਰ੍ਹਾਂ ਦੀ ਗੱਲ 'ਤੇ ਉਤਰੇ ਆਉਂਦੇ ਤਾਂ ਕਿਸ ਤਰ੍ਹਾਂ ਹਿੰਦੂ ਦਾ ਸਥਾਨ ਦਾ ਜਿਹੜਾ ਸੰਵਿਧਾਨ ਹੈ ਕਾਨੂੰਨ ਹੈ ਕਿਸ ਤਰ੍ਹਾਂ ਸਹੀ ਰਹੇ ਅਸੀਂ ਤਾਂ ਮੰਗ ਇਹ ਵੀ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਇਸ ਕੈਪਟਨ ਸਰਕਾਰ ਤੋਂ ਛੁਟਕਾਰਾ ਪਵਾ ਕੇ ਗਵਰਨਰ ਰਾਜ ਲੱਗ ਜਾਵੇ ਕਿਹੜੀਆਂ ਤਾਕਤਾਂ ਇਹੋ ਜਿਹੇ ਹਮਲਿਆਂ ਵਿੱਚ ਜੀ ਹਾਂਜੀ ਕਿਹੜੀਆਂ ਤਾਕਤਾਂ ਕੰਮ ਕਰ ਰਹੀ ਹੈ ਤੁਸੀਂ ਕਹਿ ਰਹੇ ਹੋ ਬੀਜੇਪੀ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਕੌਣ ਟਾਰਗੇਟ
ताकतां देखो जी जिहड़ियां विरोधी पार्टियां वो भी किसानों नूं भरम फैला रही खेती कानूनां दे आड़ दे विच साडी कोई मीटिंग नहीं हो दित्ती जा रही कोई साडी पार्टी वर्कर नूं कितें आउण जाण नहीं दित्ता जाता जिथे भी कोई घराओ हुंदा उत्थे कुटमार हुंदी है गड्डियां दी भन तोड़ हुंदी है क्या असीं इह सब बुरा कीता समाज का भी जिहड़ा कोई साडे ते इस तरह तशद्द हो रहे असीं इसे मंग नूं लैके चलदे हां वी साडे नाल भी इंसाफ कीता जाए। 2022 ਦੇ ਇਲੈਕਸ਼ਨ 'ਚ ਕਿਵੇਂ ਸਰਵਾਈਵ ਕਰੋਗੇ ਤੁਸੀਂ ਅੱਗੇ? ਦੇਖੋ ਇਲੈਕਸ਼ਨ ਹਰੇਕ ਪਾਰਟੀ ਨੇ ਲੜਨਾ ਹੁੰਦਾ ਅਸੀਂ 117 ਦੀਆਂ 17 ਵਿਧਾਨ ਸਭਾ ਸੀਟਾਂ ਦੇ ਵਿੱਚ ਲੜਦੇ ਜੇ ਇਸੇ ਤਰ੍ਹਾਂ ਵਿਰੋਧ ਚੱਲਦਾ ਰਿਹਾ ਫਿਰ ਕਿਸ ਤਰ੍ਹਾਂ? ਬਿਲਕੁਲ ਲੜਾਂਗੇ ਦੇਖੋ ਹੱਕ ਦੀ ਲੜਾਈ ਲੜਨ ਵਾਸਤੇ ਕੋਈ ਡਰ ਨਹੀਂ ਇਸ ਵਾਸਤੇ ਮੈਂ ਦੇਖਾਂਗੇ ਵੀ ਸਾਡੇ ਨਾਲ ਜੋ ਵੀ ਹੋਊ ਆਪਣੇ ਹਾਈਕਮਾਂਡ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਕੋਈ ਹਾਈਕਮਾਂਡ ਨੂੰ ਅਸੀਂ ਮੈਸੇਜ ਲਾਇਆ ਉਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਦੇ ਜਿੱਥੇ ਧਰਨੇ ਦਿੱਤੇ ਗਏ ਉੱਥੇ ਸਾਡੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਡੀ ਜੀ ਪੀ ਸਾਹਿਬ ਦੇ ਮਾਰਚਾ ਦੀ ਬੈਠੀ ਹੋਈ ਸਾਨੂੰ ਵੀ ਦੇਖੋ ਜੇ ਪੰਜਾਬ ਦੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਹੋਈ ਹੈ ਸ਼ਰਿਆਮ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਾਡੇ ਨੇਤਾਵਾਂ 'ਤੇ ਹਮਲਾ ਅਸੀਂ ਉਸ ਵਾਸਤੇ ਅਸੀਂ ਆਪਣੀ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਸੜਕਾਂ 'ਤੇ ਉਤਰੇ ਹਾਂ ਔਰ ਮੰਨਦੇ ਐਸ ਐਸ ਪੀ ਸਾਹਿਬ ਅੱਜ ਥੱਲੇ ਵੀ ਕਿਸਾਨਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਜੀ ਤੁਸੀਂ ਇੱਥੇ ਮੁੱਖ ਪੱਤਰ ਲਿਆਉਂਦੇ ਹੋ ਉਹਨਾਂ ਨੇ ਆਪਦਾ ਪ੍ਰੋਟੈਸਟ ਕਰਨਾ ਪ੍ਰੋਟੈਸਟ ਕਰਨ ਪੀਸਫੁਲ ਕਰਨ ਸਾਨੂੰ ਇੱਕ ਰਾਜਨੀਤੀ ਦਾ ਸ਼ਿਕਾਰ ਜੇ ਹੁਣ ਅਸੀਂ ਬਾਹਰ ਨਿਕਲੇ ਸਾਨੂੰ ਉਹ ਪੈ ਜਾਂਦੇ ਕੋਈ ਇੱਕ ਪ੍ਰੋਟੈਸਟ ਤਾਂ ਨਹੀਂ ਹੈ ਇਹਦਾ ਇੱਕ ਗੁੰਡਾ ਕਰਦੀ ਸੀ ਪੰਜਾਬ ਦੀ ਇਕਾਈ